लख खुशियां पातशाहियां जे सतगुर नदर करे। बाकी जी जो मालक की कृपा होंदी आ उदो विड़े दे विच रौनकां लगदियां ने। खुशी का प्रतीक ब्याह, मालक कहिंदे जोड़ियां आसमाना दे विच बनाउंदा है ते धरती ते उन्हां दा मेल हुंदा है। दो परिवार इकट्ठे हुंदे आ, एक नवीं सांझ पैंदी आ, इह सांझां मालक लम्मियां करे। नूर महल तो लेंदे पासे एक छोटा जिहा पिंड संघे खालसा, ਘੁੱਗ ਵੱਸਦਾ ਪਿੰਡ ਅਤੇ ਪਿੰਡ ਦੇ ਵਿੱਚੋਂ ਸੰਘਾ ਪਰਿਵਾਰ ਜਿਨ੍ਹਾਂ ਦੇ ਘਰ ਦੇ ਵਿੱਚ 19 ਫਰਵਰੀ 1987 ਸਰਦਾਰ ਬਹਾਦਰ ਸਿੰਘ, ਮਾਤਾ ਸਰਦਾਰਨੀ ਕੁਲਵਿੰਦਰ ਕੌਰ ਦੇ ਕੁੱਖੋਂ ਪੁੱਤ ਨੇ ਜਨਮ ਲਿਆ। ਦਾਦਾ ਜੀ ਸਰਦਾਰ ਮਹਿੰਦਰ ਸਿੰਘ ਜੀ ਸੰਘਾ, ਦਾਦੀ ਜੀ ਸਰਦਾਰਨੀ ਸਵਰਨ ਕੌਰ ਸੰਘਾ, ਜਿਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਉਸ ਬੱਚੇ ਦਾ ਸਾਰੇ ਪਰਿਵਾਰ ਨੇ ਪਿਆਰ ਨਾਲ ਨਾਂ ਰੱਖਿਆ ਸੰਦੀਪ ਸਿੰਘ ਸੰਘਾ। ਹੌਲੀ ਹੌਲੀ ਪਿੰਡ ਦੀਆਂ ਗਲੀਆਂ ਦੇ ਵਿੱਚ ਖੇਡਦਾ ਹੋਇਆ ਜਵਾਨ ਹੋਇਆ। ਮਾਪਿਆਂ ਨੇ ਹਰ ਚਾਅ ਲਾਡ ਹਰ ਖਵਾਇਸ਼ ਪੂਰੀ ਕੀਤੀ। ਪੁੱਤ ਵੀ ਜਵਾਨ ਹੋ ਗਿਆ ਅਤੇ ਮਾਪਿਆਂ ਨੇ ਵੀ ਵਿਆਹ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਅਤੇ ਭਾਲ ਸ਼ੁਰੂ ਕਰ ਦਿੱਤੀ। ਇਹ ਭਾਲ ਹੌਲੀ ਹੌਲੀ ਸ਼ਹਿਰ ਪਟਿਆਲੇ ਦਾ ਛੋਟਾ ਜਿਹਾ ਪਿੰਡ ਗੁਲਜ਼ਾਰਪੁਰ, ਉਸ ਪਿੰਡ ਦੇ ਵਿੱਚ ਦਿਓਲ ਪਰਿਵਾਰ ਜਿਨ੍ਹਾਂ ਦੀ ਲਾਡਲੀ ਧੀ ਕਿਰਨਜੀਤ ਕੌਰ, ਪਿਤਾ ਸਰਦਾਰ ਸੁਖਵਿੰਦਰ ਸਿੰਘ ਜੀ, ਮਾਤਾ ਸੁਖਜੀਵਨ ਕੌਰ, ਜਿਨ੍ਹਾਂ ਨੇ 30 ਜਨਵਰੀ 2019 ਦੇ ਵਿੱਚ ਦੋਨਾਂ ਪਰਿਵਾਰਾਂ ਨੇ ਸ਼ਗਨ ਦੀ ਰਸਮ ਕੀਤੀ। ਫਿਰ ਸ਼ੁਰੂ ਹੋਈਆਂ ਸੰਦੀਪ ਦੇ ਵਿਆਹ ਦੀਆਂ ਤਿਆਰੀਆਂ। ਅੱਜ ਉਹ ਭਾਗਾਂ ਵਾਲਾ ਦਿਨ 16 ਫਰਵਰੀ 2019 ਮਾਲਕ ਨੇ ਨਸੀਬ ਕੀਤਾ। ਸਾਡੀ ਟੀਮ ਸਿੱਧੂ ਫਿਲਮਸ ਵੱਲੋਂ ਸੰਘਾ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ। ਤੇ ਸਾਂਭਦੀ ਪਈ ਆ। ਮੰਮੀ ਨਾ ਉਹ ਕੀ ਹੁੰਦੀ ਆ? ਜਦੋਂ ਮੇਰਾ ਪੁੱਤ ਵੱਡਾ ਹੋਇਆ ਨਾ ਆਪੇ ਤੈਨੂੰ ਪਤਾ ਲੱਗ ਜਾਣਾ ਨੋ ਕੀ ਹੁੰਦੀ ਆ। ਲਾ ਕੇ ਵੇਖ ਲੈ ਜੇ ਲੱਗਦਾ ਤੂੰ ਜ਼ੋਰ ਨੀ, ਕਿਵੇਂ ਲੈ ਜੂ ਸਾਤੋਂ ਖੋ ਕੇ ਕੋਈ ਹੋਰ ਨੀ। ਹੋ ਲਾ ਕੇ ਵੇਖ ਲੈ ਜੇ ਲੱਗਦਾ ਤੂੰ ਜ਼ੋਰ ਨੀ, ਕਿਵੇਂ ਲੈ ਜੂ ਸਾਤੋਂ ਖੋ ਕੇ ਕੋਈ ਹੋਰ ਨੀ। ਮੈਚ ਹੋਣਗੇ ਸੰਜੋਗ ਆਪੇ ਸੋਹਣੀਏ, ਮੈਚ ਹੁੰਦੇ ਜਿਵੇਂ ਸੂਟ ਨਾਲ ਪੱਗ ਦੇ। ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭਿਆ, ਮੈਨੂੰ ਤੇਰੇ ਅੰਗਾਂ ਦੇ ਮੇਚ ਲੱਗਦੇ। ਮੇਰੀ
दी राहु झांझर यारां दी कित्ते चुमदी नी मेरी बेबे ने कंगन जेड़े सांभिया मैनू तेरे अंबटा दे मेच लग दे मेरी बेबे ने कंगन जेड़े सांभिया ठग दे नी मेरी बेबे ने कंगन जेड़े सा